ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਗਰਾਜ ਸਿੰਘ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਖਬਰ ਹੈ ਖੇਡ ਜਗਤ ਨਾਲ ਜੁੜੀ ਹੋਈ ਲੈ ਕੇ ਹਾਜ਼ਰ ਹੋਏ ਹਾਂ ਜੀ। ਅੱਜ ਏਸ਼ੀਆ ਚੈਂਪੀਅਨਸ਼ਿਪ 2024 ਜਿਹੜੀ ਚੀਨ ਦੇ ਵਿੱਚ ਚੱਲ ਰਹੀ ਆ, ਉਹਦੇ ਵਿੱਚ ਭਾਰਤ ਪਾਕਿਸਤਾਨ ਦੀ ਹਾਕੀ ਟੀਮ ਦਾ ਅੱਜ ਫਸਵਾਂ ਮੈਚ ਹੋਣ ਜਾ ਰਿਹਾ। ਸੋ ਦੱਸ ਦਈਏ ਕਿ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਚੁੱਕੀ ਅਜੇਤੂ ਭਾਰਤੀ ਟੀਮ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ। ਅੱਜ ਜਿਹੜਾ ਵਾ ਇੱਥੇ ਹੀਰੋ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਆਖਰੀ ਰਾਊਂਡ ਰੋਬਿਨ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਉਤਰੇਗੀ। ਸੋ ਚਾਰ ਮੈਚਾਂ ਵਿੱਚੋਂ ਚਾਰ ਜਿੱਤਾਂ ਦਰਜ ਕਰਕੇ ਸਾਬਕਾ ਚੈਂਪੀਅਨ ਭਾਰਤ ਅੰਕ ਸੂਚੀ ਵਿੱਚ ਚੋਟੀ 'ਤੇ ਹੈ, ਜਦੋਂ ਕਿ ਪਾਕਿਸਤਾਨ ਦੂਜੇ ਸਥਾਨ 'ਤੇ ਹੈ। ਦੱਸ ਦਈਏ ਕਿ ਪੈਰਿਸ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਭਾਰਤ ਨੇ ਚੀਨ ਨੂੰ 3-0 ਨਾਲ, ਜਪਾਨ ਨੂੰ 5-1 ਨਾਲ, ਮਲੇਸ਼ੀਆ ਨੂੰ 8-1 ਨਾਲ ਅਤੇ ਕੋਰੀਆ ਨੂੰ 3-1 ਨਾਲ ਹਰਾਇਆ ਹੈ। ਸੋ ਦੂਜੇ ਪਾਸੇ ਜਿਹੜਾ ਮਹਾਨ ਫਾਰਵਰਡ ਤਾਹਿਰ ਜਮਾ ਨੇ ਮਾਰਸ਼ਨ ਦੇ ਵਿੱਚ ਜਿਹੜੇ ਖੇਡ ਰਹੇ ਨੇ, ਪਾਕਿਸਤਾਨ ਦੀ ਟੀਮ ਨੇ ਮਲੇਸ਼ੀਆ ਅਤੇ ਕੋਰੀਆ ਨਾਲ 2-2 ਨਾਲ ਡਰਾ ਖੇਡਿਆ, ਅਤੇ ਇਸ ਤੋਂ ਇਲਾਵਾ ਜਪਾਨ ਨੂੰ 2-1 ਨਾਲ ਅਤੇ ਚੀਨ ਨੂੰ 5-1 ਨਾਲ ਹਰਾਇਆ ਹੈ। ਮੌਜੂਦਾ ਫਾਰਮ ਦੀ ਜੇ ਗੱਲ ਕਰੀਏ ਤਾਂ ਭਾਰਤ ਦਾ ਪਲੜਾ ਭਾਰੀ ਨਜ਼ਰ ਆ ਰਿਹਾ। ਸੋ ਆਖਰੀ ਵਾਰ ਹਾਂਗਚਾਊ ਏਸ਼ੀਆਈ ਖੇਡਾਂ ਦੇ ਵਿੱਚ ਪਿਛਲੇ ਸਾਲ ਭਾਰਤ ਨੇ ਪਾਕਿਸਤਾਨ ਨੂੰ 10-2 ਦੇ ਨਾਲ ਹਰਾਇਆ ਸੀ, ਅਤੇ ਉਸ ਤੋਂ ਪਹਿਲਾਂ ਚੇਨਈ ਵਿੱਚ ਏਸ਼ੀਆਈ ਚੈਂਪੀਅਨ ਟਰਾਫੀ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ 4-0 ਨਾਲ ਜਿਹੜੀ ਜਿੱਤ ਦਰਜ ਕੀਤੀ ਸੀ ਭਾਰਤ ਨੇ। ਸੋ ਜਕਾਰਤਾ ਦੇ ਵਿੱਚ 2022 ਏਸ਼ੀਆ ਕੱਪ ਦੇ ਵਿੱਚ ਨੌਜਵਾਨ ਭਾਰਤੀ ਟੀਮ ਨੇ ਪਾਕਿਸਤਾਨ ਨੂੰ 1-1 ਨਾਲ ਜਿਹੜਾ ਡਰਾ 'ਤੇ ਰੋਕਿਆ, ਜਦਕਿ 2021 ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਜਿਹੜੀ ਢਾਕਾ ਦੇ ਵਿੱਚ ਹੋਈ ਸੀ, ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਸੋ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕ ਦੀ ਜਿਹੜੀ ਸ਼ਾਨਦਾਰ ਫਾਰਮ ਹੈ ਉਸਨੂੰ ਇਸ ਵੇਲੇ ਬਰਕਰਾਰ ਰੱਖਿਆ ਹੋਇਆ ਹੈ, ਅਤੇ ਉਹ ਪਾਕਿਸਤਾਨ ਵਿਰੁੱਧ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਸੋ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਜੂਨੀਅਰ ਦਿਨਾਂ ਤੋਂ ਪਾਕਿਸਤਾਨ ਦੇ ਕੁਝ ਖਿਡਾਰੀਆਂ ਵਿਰੁੱਧ ਖੇਡਦਾ ਆਇਆ ਹਾਂ, ਮੇਰੇ ਉਹਨਾਂ ਨਾਲ ਚੰਗੇ ਸੰਬੰਧ ਹਨ ਅਤੇ ਉਹ ਭਰਾਵਾਂ ਵਰਗੇ ਨੇ। ਸੋ ਮੈਦਾਨ 'ਤੇ ਹਾਲੇ ਕਿ ਕਿਸੇ ਵੀ ਵਿਰੋਧ ਜਜ਼ਬਾਤਾਂ 'ਤੇ ਕਾਬੂ ਰੱਖਣਾ ਹੁੰਦਾ ਹੈ। ਸੋ ਉਸਨੇ ਕਿਹਾ ਕਿ ਵਿਸ਼ਵ ਹਾਕੀ ਭਾਰਤ ਵਿੱਚ ਜਿਹੜਾ ਭਾਰਤ ਅਤੇ ਪਾਕਿਸਤਾਨ ਦੀ ਵਿਰੋਧਤਾ ਦਾ ਕੋਈ ਮੁਕਾਬਲਾ ਨਹੀਂ ਹੈ। ਸੋ ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਦੁਨੀਆ ਭਰ ਵਿੱਚ ਹਾਕੀ ਪ੍ਰੇਮੀਆਂ ਨੂੰ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ। ਸੋ ਇਸ ਮੈਚ ਵਿੱਚ ਪਿਛਲੇ ਨਤੀਜੇ ਮਾਇਨੇ ਨਹੀਂ ਰੱਖਣਗੇ। ਸੋ ਪਾਕਿਸਤਾਨ ਮਜ਼ਬੂਤ ਟੀਮ ਹੈ ਅਤੇ ਕਿਸੇ ਵੀ ਸਮੇਂ ਮੈਚ ਵਿੱਚ ਵਾਪਸੀ ਦਾ ਜਿਹੜਾ ਦਮ ਰੱਖਦੀ ਹੈ। ਸੋ ਉੱਥੇ ਪਾਕਿਸਤਾਨ ਦੇ ਜਿਹੜੇ ਕਪਤਾਨ ਨੇ ਅਹਿਮਦ ਬੱਟ ਨੇ ਕਿਹਾ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਜਿਹੜਾ ਚੈਂਪੀਅਨ ਦੀ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ। ਸੋ ਉਹਨਾਂ ਕਿਹਾ ਕਿ ਅਸੀਂ ਵੀ ਮੈਚ ਦਰ ਮੈਚ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਹੈ ਅਤੇ ਅਨੁਸ਼ਾਸਿਤ ਹਾਕੀ ਜਿਹੜੀ ਖੇਡੀ ਹੈ। ਸੋ ਉਹਨਾਂ ਕਿਹਾ ਕਿ ਅਸੀਂ ਇਸ ਪ੍ਰਦਰਸ਼ਨ ਜਿਹੜਾ ਅੱਗੇ ਵੀ ਬਰਕਰਾਰ ਰੱਖਾਂਗੇ। ਸੋ ਵੇਖਣਾ ਅੱਜ ਇਹ ਹੋਵੇਗਾ ਕਿ ਅੱਜ ਦੇ ਇਸ ਫਸਵੇਂ ਮੈਚ ਦੇ ਵਿੱਚ ਕਿਹੜਾ ਪਲੜਾ ਭਾਰੀ ਪੈਂਦਾ ਹੈ। ਸੋ ਭਾਰਤ ਦੇ ਖਿਡਾਰੀ ਜਿੱਤ ਦਰਜ ਕਰਦੇ ਨੇ ਕਿ ਜਾਂ ਪਾਕਿਸਤਾਨ ਦੇ ਖਿਡਾਰੀ ਆਪਣੀ ਪਿਛਲੀਆਂ ਹਾਰਾਂ ਦਾ ਜਿਹੜਾ ਬਦਲਾ ਲੈਂਦੇ ਨੇ। ਸੋ ਅੱਜ ਜਿਹੜਾ ਪੂਰਾ ਫਸਵਾਂ ਮੈਚ ਦੇਖਣ ਨੂੰ ਮਿਲਣਾ ਹੈ ਹਾਕੀ ਦਾ। ਸੋ ਹਾਕੀ ਦਾ ਜਿਹੜਾ ਬੇਸਬਰੀ ਨਾਲ ਜਿਹੜਾ ਜਿਸ ਮੈਦਾਨ 'ਤੇ ਤਿਆਰ ਕੀਤਾ ਜਾਂਦਾ ਸੀਗਾ ਉਹ ਮੈਚ ਅੱਜ ਖੇਡਿਆ ਜਾਣਾ ਚੀਨ ਦੇ ਵਿੱਚ। ਏਸ਼ੀਆ ਚੈਂਪੀਅਨਸ਼ਿਪ ਜਿਹੜੀ 2024 ਆ ਚੀਨ ਦੇ ਵਿੱਚ ਚੱਲ ਰਹੀ ਆ, ਉਹਦਾ ਜਿਹੜਾ ਅੱਜ ਬੇਸਬਰੀ ਨਾਲ ਅੱਜ ਦੇ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ। ਸੋ ਉਹ ਮੈਚ ਅੱਜ ਭਾਰਤ ਬਨਾਮ ਪਾਕਿਸਤਾਨ ਦੋਨਾਂ ਟੀਮਾਂ ਦੇ ਵਿਚਾਲੇ ਖੇਡਿਆ ਜਾਣਾ। ਸੋ ਇਸ ਤਰ੍ਹਾਂ ਖਬਰਾਂ ਦੀ ਅਪਡੇਟ ਲੈਣ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।